ਸਤਿ ਸ਼੍ਰੀ ਅਕਾਲ ਜੀ, ਜਸ ਪੰਜਾਬੀ ਦੇਖ ਰਹੇ ਸਰ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਅਤੇ ਮੈਂ ਅਮਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਪੰਜਾਬ ਬੋਲਦਾ। ਦੋਸਤੋ, ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਅਤੇ ਇਸ ਬਿਗਲ ਵੱਜਣ ਦੇ ਨਾਲ ਹੀ ਸਿਆਸੀ ਪਾਰਟੀਆਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਤਰਾਸ਼ੀਆਂ ਦਾ ਦੌਰ ਵੀ ਸ਼ੁਰੂ ਹੋ ਚੁੱਕਿਆ। ਪਰ ਇਹਨਾਂ ਇਲਜ਼ਾਮ ਤਰਾਸ਼ੀਆਂ ਦੇ ਵਿੱਚ ਕੀ ਲੋਕ ਮੁੱਦਿਆਂ ਦੀ ਗੱਲ ਹੋ ਰਹੀ ਹੈ, ਕੀ ਆਵਾਮ ਦੇ ਜਿਹੜੇ ਮੁੱਦੇ ਨੇ ਉਹ ਹੱਲ ਕਰਨ ਦੀ ਗੱਲ ਹੋ ਰਹੀ ਹੈ, ਇਹੀ ਮੁੱਦਾ ਲੈ ਕੇ ਅੱਜ ਅਸੀਂ ਪੰਜਾਬ ਦੀ ਆਵਾਮ ਦੇ ਕੋਲ ਆਏ ਹਾਂ ਅਤੇ ਜਾਣਦੇ ਹਾਂ ਕਿ ਪੰਜਾਬ ਦੀ ਆਵਾਮ ਇਹਨਾਂ ਮੁੱਦਿਆਂ ਨੂੰ ਲੈ ਕੇ ਕੀ ਬੋਲਦੀ ਹੈ। ਜੋ ਲੋਕ ਸਭਾ ਚੋਣਾਂ ਦੇ ਵਿੱਚ ਇਹਨਾਂ ਮੁੱਦਿਆਂ ਦੇ ਉੱਤੇ ਗੱਲਾਂ ਹੋਣੀਆਂ ਚਾਹੀਦੀਆਂ ਸੀ, ਉਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਹੋ ਰਹੀ ਹੈ। ਚੱਲਦੇ ਹਾਂ ਪੰਜਾਬ ਦੀ ਆਵਾਮ ਦੇ ਕੋਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਗੁਰਪ੍ਰੀਤ ਸਿੰਘ ਜੀ। ਅੱਛਾ ਗੁਰਪ੍ਰੀਤ, ਹੁਣ ਲੋਕ ਸਭਾ ਚੋਣਾਂ ਆ ਗਈਆਂ ਨੇ, ਕੀ ਲੱਗ ਰਿਹਾ ਕਿ ਸਿਆਸੀ ਪਾਰਟੀਆਂ ਦੇ ਵੱਲੋਂ ਜਿਹੜੇ ਲੋਕਾਂ ਦੇ ਮੁੱਦੇ ਨੇ ਉਹ ਉਠਾਏ ਜਾ ਰਹੇ ਨੇ? ਉਠਾਏ ਤਾਂ ਜਾਂਦੇ ਜੀ, ਇਲੈਕਸ਼ਨਾਂ 'ਤੇ ਆ ਕੇ ਜਦੋਂ ਟਾਈਮ ਆ ਜਾਂਦਾ ਜੀ ਉਠਾ ਦਿੰਦੇ ਆ, ਪਰ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ ਜੀ, ਕੋਈ ਵੀ ਵਾਅਦਾ ਨਹੀਂ ਪੂਰਾ ਹੋਇਆ ਜੀ। ਅੱਛਾ, ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਇੱਕ ਦੂਜੇ ਦੇ ਉੱਤੇ ਇਲਜ਼ਾਮ ਤਰਾਸ਼ੀਆਂ ਕਰ ਰਹੀਆਂ ਨੇ ਕਿ ਉਹ ਜਿਹੜੀ ਹੈ ਸਿਆਸੀ ਪਾਰਟੀ ਹੈ ਉਹ ਲੋਕ ਹਿਤੈਸ਼ੀ ਨਹੀਂ, ਅਸੀਂ ਲੋਕ ਹਿਤੈਸ਼ੀ ਹਾਂ, ਤੁਹਾਨੂੰ ਲੱਗ ਰਿਹਾ ਕਿ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਉਹ ਆਮ ਲੋਕਾਂ ਦੇ ਮੁੱਦੇ ਚੱਕ ਰਹੀਆਂ ਨੇ? ਨਹੀਂ ਜੀ, ਕੋਈ ਮੁੱਦੇ ਨਹੀਂ ਚੱਕ ਰਹੀਆਂ ਜੀ, ਤਾਂ ਬਸ ਆਪਸ ਵਿੱਚ ਹੀ ਚੱਲੀ ਜਾਂਦਾ ਜੀ, ਇਹਨਾਂ ਦਾ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ, ਇੱਕ ਦੂਜੇ ਦੇ ਇਲਜ਼ਾਮ ਲਾਉਣ ਦੇ ਆ ਬਸ ਲਾਈ ਜਾਂਦੇ ਆ ਜੀ, ਕੁਛ ਨਹੀਂ ਹੋ ਰਿਹਾ ਜੀ। ਅੱਛਾ, ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਕਿਹਨਾਂ ਕਿਹਨਾਂ ਮੁੱਦਿਆਂ ਨੂੰ ਲੈ ਕੇ ਵੋਟ ਦਿਓਗੇ? ਵੋਟ ਜੀ, ਪਾਰਟੀ ਨਾਲ ਤਾਂ ਜੀ ਅਸੀਂ ਤਕਰੀਬਨ ਜਿੱਥੇ ਖੜ੍ਹੇ ਹਾਂ ਜੀ, ਸਾਡੇ ਕੰਮ ਬਹੁਤ ਜ਼ਿਆਦਾ ਹੋਇਆ, ਬਠਿੰਡੇ ਹਲਕੇ ਨੂੰ ਬਿਲੋਂਗ ਕਰਦੇ ਹਾਂ ਜੀ, ਅਸੀਂ ਤਾਂ ਹਰਸਿਮਰਤ ਜੀ ਨੂੰ ਵੋਟ ਦੇਵਾਂਗੇ ਜੀ, ਹਰਸਿਮਰਤ ਕੌਰ ਬਾਦਲ ਜੀ ਨੂੰ ਜੀ। ਅੱਛਾ, ਹੋਰ ਕਿਹੜੇ ਕਿਹੜੇ ਮੁੱਦੇ ਨੇ ਪੰਜਾਬ ਦੇ ਵਿੱਚ ਜਿਹੜੇ ਹੱਲ ਨਹੀਂ ਹੋਏ, ਹਾਲਾਂਕਿ ਬਹੁਤ ਸਾਰੇ ਮੁੱਦੇ ਨੇ, ਕਿਸਾਨ ਖੁਦਕੁਸ਼ੀਆਂ ਇੱਕ ਵੱਡਾ ਮੁੱਦਾ ਬਣਦਾ ਜਾ ਰਿਹਾ, ਤੁਹਾਡੇ ਅਨੁਸਾਰ ਕਿਹੜੇ ਕਿਹੜੇ ਮੁੱਦੇ ਪੰਜਾਬ ਦੇ ਵਿੱਚ ਅਜੇ ਵੀ ਅਣਸੁਲਝੇ ਨੇ? ਮੁੱਦਾ ਤਾਂ ਸਭ ਤੋਂ ਵੱਡਾ ਜਿਹੜਾ ਜੀ ਆਪਣਾ ਨਸ਼ੇ ਦਾ, ਨਸ਼ਾ ਸਭ ਤੋਂ ਜ਼ਿਆਦਾ ਵੱਧ ਚੁੱਕਿਆ ਜੀ, ਮਤਲਬ ਚਲੋ ਜੋ ਸ਼ਰਾਬ ਆ ਇਹ ਤਾਂ ਚੱਲਦਾ ਹੀ ਸੀ, ਹੁਣ ਜੋ ਚਿੱਟੇ ਦਾ ਚੱਲ ਪਿਆ ਜੀ ਬਹੁਤ ਜ਼ਿਆਦਾ, ਬੱਚਿਆਂ ਦਾ ਹਰੇਕ ਨੂੰ ਖਤਰਾ ਜੀ, ਭਵਿੱਖ ਕੀ ਹੋ ਰਿਹਾ। ਅੱਛਾ, ਤੁਸੀਂ ਬਠਿੰਡੇ ਤੋਂ ਬਿਲੋਂਗ ਕਰਦੇ ਹੋ, ਤੁਹਾਡੇ ਬਠਿੰਡਾ ਏਰੀਏ ਦੇ ਵਿੱਚ ਨਸ਼ਾ ਚੱਲਦਾ? ਤਕਰੀਬਨ ਚੱਲਦਾ ਤਾਂ ਸਾਰੇ ਹੀ ਆ ਜੀ, ਘੱਟ ਕਹਿ ਸਕਦੇ ਜੀ, ਫਿਰ ਵੀ ਏਰੀਏ ਦਾ ਫਰਕ ਆ ਜੀ, ਲਾ ਲਓ ਕੈਪਟਨ ਸਾਹਿਬ ਵੀ ਸਾਡੇ ਏਰੀਏ ਦੇ ਹੀ ਆ ਜੀ, ਮਹਾਰਾਜ ਪਿੰਡ ਨੂੰ ਬਿਲੋਂਗ ਕਰਦੇ ਆ, ਸਾਡੇ ਤਾਂ ਦੋਨੇ ਮੁੱਖ ਮੰਤਰੀ ਜਦੋਂ ਆਉਂਦੇ ਆ ਜੀ, ਬਾਦਲ ਸਾਹਿਬ ਆਉਂਦੇ ਆ ਤਾਂ ਵੀ ਸਾਡੇ ਏਰੀਏ ਦੇ ਆਏ ਵੀ ਆ, ਤਾਂ ਵੀ ਬਾਦਲ ਸਾਹਿਬ ਆਉਂਦੇ ਆ ਅਤੇ ਅਮਰਿੰਦਰ ਸਿੰਘ ਆਉਂਦੇ ਆ ਤਾਂ ਵੀ ਜੀ, ਪਰ ਅਸੀਂ ਤਾਂ ਅਕਾਲੀ ਦਲ ਨੂੰ ਜ਼ਿਆਦਾ ਪਹਿਲ ਦਿੰਦੇ ਜਦੋਂ ਹੈ ਜੀ ਅਕਾਲੀ ਦਲ ਨਾਲ ਆ ਜੀ। ਅੱਛਾ, ਜਦੋਂ ਸਿਆਸੀ ਪਾਰਟੀਆਂ ਤੁਹਾਡੇ ਦਰ ਦੇ ਉੱਤੇ ਵੋਟ ਮੰਗਣ ਦੇ ਲਈ ਆਉਣਗੀਆਂ ਲੋਕ ਸਭਾ ਚੋਣਾਂ ਦੇ ਲਈ, ਤਾਂ ਕਿਹੜੇ ਮੁੱਦੇ ਨੂੰ ਪਹਿਲ ਦੇ ਆਧਾਰ 'ਤੇ ਉਹਨਾਂ ਸਾਹਮਣੇ ਰੱਖ ਕੇ ਵੋਟ ਦੀ ਗੱਲ ਕਰੋਗੇ? ਨਸ਼ੇ ਦਾ ਹੀ ਮੇਨ ਮੁੱਦਾ ਜੀ ਵੱਡਾ, ਸਾਡੇ ਵਿਕਾਸ ਤਾਂ ਇੰਨਾ ਜ਼ਿਆਦਾ ਹੋਇਆ ਜੀ, ਮੰਨ ਲਓ ਵੀ ਬਹੁਤ ਜ਼ਿਆਦਾ ਵਿਕਾਸ ਹੋਇਆ ਸਾਡੇ ਬਠਿੰਡੇ ਦਾ, ਬਹੁਤ ਤਰੱਕੀ ਕਰੀ ਆ, ਕਰੀ ਵੀ ਇਹਨਾਂ ਦੇ ਮੰਨ ਲਓ ਵੀ ਬਾਦਲ ਪਰਿਵਾਰ ਨਾਲੇ, ਇਹਨਾਂ ਨੇ ਸਾਡੇ ਬਹੁਤ ਕੁਛ ਲਿਆਂਦਾ ਗਾ, ਏਮਜ਼ ਆ ਗਿਆ ਜੀ ਸਾਡੇ ਹਸਪਤਾਲ, ਅਤੇ ਸੜਕਾਂ ਵਗੈਰਾ ਬਹੁਤ ਵਧੀਆ ਬਣ ਚੁੱਕੀਆਂ ਨੇ, ਬਸ ਨਸ਼ੇ ਦਾ ਹੀ ਆ ਜੀ, ਨਸ਼ੇ ਦਾ ਮੇਨ ਰੱਖਾਂਗੇ ਜੀ। ਜੀ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਕੀ ਨਾਮ ਹੈ ਜੀ? ਜਗਦੀਪ ਸਿੰਘ ਜੀ। ਅੱਛਾ ਜਗਦੀਪ ਜੀ, ਕੀ ਲੱਗ ਰਿਹਾ ਕਿ ਲੋਕ ਸਭਾ ਚੋਣਾਂ ਸਿਰ 'ਤੇ ਆ ਗਈਆਂ ਨੇ ਅਤੇ ਹੁਣ ਸਿਆਸੀ ਪਾਰਟੀਆਂ ਦੇ ਵੱਲੋਂ ਲੋਕਾਂ ਦੇ ਨਾਲ ਵਾਅਦੇ ਵੀ ਕਰਨ ਦੀ ਗੱਲ ਕੀਤੀ ਜਾਵੇਗੀ, ਕਿਹੜੇ ਕਿਹੜੇ ਮੁੱਦੇ ਪੰਜਾਬ ਦੇ ਵਿੱਚ ਅਜੇ ਵੀ ਅਣਸੁਲਝੇ ਨੇ? ਵੀਰ ਜੀ, ਗੱਲ ਇਹ ਆ ਵੀ ਪੰਜਾਬ ਦੇ ਜਿਹੜੇ ਮੁੱਦੇ, ਕੁਛ ਬਹੁਤ ਵੱਡੇ ਮੁੱਦੇ ਆ ਜਿਹੜੇ ਵਰ੍ਹਿਆਂ ਤੋਂ ਲਟਕ ਰਹੇ ਨੇ, ਕੁਛ ਨਵੇਂ ਨੇ, ਪਰ ਹੱਲ ਅਜੇ ਤੱਕ ਕਿਸੇ ਦਾ ਵੀ ਨਹੀਂ ਹੋਇਆ। ਆਪਾਂ ਚੰਡੀਗੜ੍ਹ ਦੇ ਵਿੱਚ ਬੈਠੇ ਹਾਂ, ਆਪਣੀ ਰਾਜਧਾਨੀ ਦੇ ਹੀ ਲੈ ਲਓ, ਇਹਨਾਂ ਨੂੰ ਸਿਆਸੀ ਪਾਰਟੀਆਂ ਨੇ ਵੋਟਾਂ ਦੇ ਵਿੱਚ ਵਰਤਣ ਵਾਲਾ ਇੱਕ ਮੁੱਦਾ ਬਣਾ ਲਿਆ, ਆਪਣੇ ਜਨਮ ਤੋਂ ਵੀ ਪਹਿਲਾਂ ਦਾ ਲਾਮਕ ਰਿਹਾ। ਮੈਨੂੰ ਨਹੀਂ ਲੱਗਦਾ ਵੀ ਕਦੇ ਇਹ ਹੱਲ ਹੋਊਗਾ, ਜਾਂ ਕੋਈ ਦਿਲੋਂ ਕੋਈ ਵੀ ਲੀਡਰ ਮੈਨੂੰ ਲੱਗ ਨਹੀਂ ਰਿਹਾ ਵੀ ਕੋਈ ਕੋਸ਼ਿਸ਼, ਬਾਦਲ ਸਾਹਿਬ ਇੰਨਾ ਟਾਈਮ ਮੁੱਖ ਮੰਤਰੀ ਰਹਿ ਗਏ, ਵੀ ਜੇ ਉਹ ਦਿਲੋਂ ਕੋਸ਼ਿਸ਼ ਕਰਦੇ ਹੋ ਸਕਦਾ ਵੀ ਅੱਜ ਤੱਕ ਹੱਲ, ਮੈਨੂੰ ਨਹੀਂ ਲੱਗਿਆ ਵੀ, ਸਭ ਤੋਂ ਵੱਡਾ ਮੁੱਦਾ ਪੰਜਾਬ ਦਾ ਇਹੀ ਹੈ। ਅੱਛਾ, ਜਦੋਂ ਹੁਣ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਤੁਹਾਡੇ ਦਰ ਦੇ ਉੱਤੇ ਲੋਕ ਨੁਮਾਇੰਦੇ ਕਹਾਉਣ ਵਾਲੇ ਇਹ ਸਿਆਸੀ ਆਗੂ ਆਉਣਗੇ, ਇਹ ਮੁੱਦਾ ਰੱਖੋਗੇ? ਹਾਂਜੀ, ਜੇ ਮੈਨੂੰ ਕੋਈ ਵੀ ਮੰਨ ਲਓ ਫਰਜ਼ ਕਰੋ ਵੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਾਦਲ ਸਾਹਿਬ ਜਾਂ ਮਿਲਣ, ਮੈਂ ਸਭ ਤੋਂ ਪਹਿਲਾਂ ਮੁੱਦਾ ਇਹੀ ਰੱਖਾਂਗਾ ਵੀ ਇੰਨੇ ਵਰ੍ਹਿਆਂ ਤੋਂ ਕਿਉਂ ਲਟਕ ਰਿਹਾ ਸਾਡੀ ਐਡੀ ਵੱਡੀ ਜਿਹੜਾ ਮੁੱਦਾ, ਆਪਣੇ ਬਹੁਤ ਵੱਡਾ ਘਾਟਾ ਹੈ ਪੰਜਾਬ ਨੂੰ, ਵੀ ਪੰਜਾਬ ਦੇ ਪਿੰਡ ਉਜਾੜ ਕੇ ਐਡਾ ਵੱਡਾ ਆਪਣੀ ਇਹ ਕੈਪੀਟਲ ਬਣੀ ਸੀ ਅਤੇ ਆਪਾਂ ਨੂੰ ਅੱਜ ਤੱਕ ਮਿਲੀ ਨਹੀਂ, ਤਾਂ ਕਿਉਂ ਨਹੀਂ ਮਿਲੀ, ਕੀ ਇਹਦੇ ਵਾਸਤੇ ਕੋਸ਼ਿਸ਼ਾਂ ਉਹਨਾਂ ਨੇ ਕੀਤੀਆਂ, ਮੈਂ ਪੁੱਛਾਂਗਾ ਉਹਨਾਂ ਨੂੰ। ਅੱਛਾ, ਤੁਹਾਡੇ ਮੁਤਾਬਿਕ ਹੋਰ ਕਿਹੜੇ ਕਿਹੜੇ ਮੁੱਦੇ ਜਿਹੜੇ ਪੰਜਾਬ ਦੇ ਅਜੇ ਵੀ ਅਣਸੁਲਝੇ ਨੇ, ਜਿਹੜੇ ਸੁਲਝਣੇ ਚਾਹੀਦੇ ਨੇ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ? ਪੰਜਾਬ ਦੇ ਮੁੱਦੇ ਜੀ, ਇੱਕ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕਿਆ, ਬੇਰੁਜ਼ਗਾਰੀ ਦਾ ਬਹੁਤ ਵੱਡਾ ਮੁੱਦਾ ਹੈ, ਅਤੇ ਨਸ਼ਿਆਂ ਦਾ, ਅਤੇ ਇਹੀ ਮੇਨ ਜ਼ਿਆਦਾ ਅਨਪੜ੍ਹਤਾ, ਸਿੱਖਿਆ ਦੇ ਵਿੱਚ ਬਹੁਤ ਪਛੜ ਚੁੱਕਿਆ ਆਪਣਾ, ਜਿਹੜਾ ਨੰਬਰ ਇੱਕ ਸੂਬਾ ਸੀਗਾ ਤਾਂ ਬਹੁਤ ਪਿੱਛੇ ਜਾ ਚੁੱਕਿਆ, ਖੇਤੀ ਦੇ ਵਿੱਚ ਵੀ ਅਤੇ ਸਿੱਖਿਆ ਦੇ ਵਿੱਚ ਵੀ।
खेती दे विच आपां सारे इंडिया तो पहले नंबर ते सी पंजाब ते हुण दूसरे सूबे जिहड़े किते किते पिछे सी अपने नूं बहुत अग्गे निकल चुक्या। किसानी दा बहुत मंदी हालत है। ये मुद्दे पंजाब दे बहुत वड्डे ने, इन्हां ते ध्यान देण दी लोड़ आ। हर पार्टी नूं वोटां लैण दे मारे तां सारे ही अपने आप नूं लोक हितैषी खवा रहे आ। हर इक कह रहा मैं लोकां दा बहुत दिलों सोच रहा, पर मैनूं नहीं लगदा वी कोई सोच रहा। कि लग रहा कि इन्हां चोणां दे विच जिहड़ियां राजनीतिक पार्टियां ने ਉਹ ਸਾਰੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਉਤਰ ਰਹੀਆਂ ਨੇ? ਹਾਂਜੀ, ਮੁੱਦੇ ਉਛਾਲ ਸਾਰੀਆਂ ਪਾਰਟੀਆਂ ਰਹੀਆਂ ਨੇ, ਬਹੁਤ ਜ਼ੋਰ ਸ਼ੋਰ ਨਾਲ ਉਛਾਲ ਕੇ ਇੱਕ ਦੂਜੇ ਨੂੰ ਠਿੱਬੀ ਲਾਉਣ ਦੇ ਵਿੱਚ ਮੇਰਾ ਖਿਆਲ ਇੰਟਰਸਟ ਜ਼ਿਆਦਾ ਨੇ, ਨਾ ਕਿ ਦਿਲੋਂ ਲੋਕਾਂ ਦੇ ਮੁੱਦੇ ਹੱਲ ਕਰਨ ਵੱਲ ਘੱਟ ਧਿਆਨ ਦਿੱਤਾ ਜਾਂਦਾ। ਉਹ ਮੁੱਦੇ ਨੂੰ ਵਰਤ ਕੇ ਇੱਕ ਦੂਜੇ ਨੂੰ ਠਿੱਬੀ ਲਾਉਣ ਦਾ ਸਾਰੀਆਂ ਪਾਰਟੀਆਂ ਸੋਚਦੀਆਂ ਨੇ। ਹਰੇਕ ਪਾਰਟੀ ਚੁੱਕਦੀ ਹੈ, ਜਦੋਂ ਦੂਸਰੀ ਪਾਰਟੀ ਸੱਤਾ 'ਚ ਹੁੰਦੀ ਆ ਉਹੀ ਪਾਰਟੀ ਉਹ ਮੁੱਦੇ ਉਠਾਉਂਦੀ ਆ, ਜਦੋਂ ਆਪ ਸੱਤਾ 'ਚ ਹੁੰਦੀ ਆ ਤਾਂ ਉਹ ਪਾਰਟੀ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਆ। ਜੀ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਸੇਵਕ ਸਿੰਘ। ਅੱਛਾ ਸੇਵਕ ਜੀ, ਕੀ ਲੱਗ ਰਿਹਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਕਿਹੜੇ ਕਿਹੜੇ ਮੁੱਦੇ ਅਜੇ ਵੀ ਅਣਸੁਲਝੇ ਨੇ? ਮੁੱਦੇ ਤਾਂ ਜੀ ਸਭ ਤੋਂ ਵੱਡਾ ਤਾਂ ਨਸ਼ੇ ਦਾ ਹੀ ਹੈ ਜੀ। ਮੈਂ ਤਾਂ ਸਮਝਦਾ ਵੀ ਨਸ਼ਾ ਸਭ ਤੋਂ ਵੱਧ, ਨਸ਼ੇ ਨੇ ਸਾਰੀ ਜਵਾਨੀ ਗਾਲ ਕੇ ਰੱਖਤੀ। ਸਭ ਤੋਂ ਜਿਹੜੀਆਂ ਆਪਣੀਆਂ ਵਿਧਾਨ ਸਭਾ ਚੋਣਾਂ ਆਈਆਂ ਸੀ ਇਹਦੇ ਵਿੱਚ ਵੀ ਸਭ ਤੋਂ ਵੱਡਾ ਮੁੱਦਾ ਨਸ਼ੇ ਦਾ ਹੀ ਸੀ। ਸਹੁੰ ਵੀ ਖਾਧੀ ਸੀ, ਜੋ ਕਿ ਮੈਨੂੰ ਲੱਗਦਾ ਵੀ 10% ਵੀ ਕੰਮ ਨਹੀਂ ਨਸ਼ੇ ਦਾ ਘਟਿਆ ਜਿੱਥੋਂ ਤੱਕ ਅਸੀਂ ਸੋਚ ਰਹੇ ਹਾਂ। ਬਾਕੀ ਗੱਲ ਰਹੀ ਜਿੰਨਾ ਚਿਰ ਪੰਜਾਬ ਦੇ ਵਿੱਚ ਐਜੂਕੇਸ਼ਨ ਅਤੇ ਹੈਲਥ ਦਾ ਨਹੀਂ ਖਿਆਲ ਰੱਖਿਆ ਜਾਂਦਾ ਸਰਕਾਰਾਂ ਵੱਲੋਂ, ਇਹ ਮੁੱਦੇ ਨਹੀਂ ਘਟਣੇ। ਅੱਛਾ, ਕਿਸਾਨ ਖੁਦਕੁਸ਼ੀਆਂ ਦੀ ਗੱਲ ਕਰ ਲਈਏ, ਪੰਜਾਬ ਦੇ ਵਿਕਾਸ ਦੀ ਗੱਲ ਕਰ ਲਈਏ, ਨੌਜਵਾਨ ਦੇਸ਼ ਦੀ ਧਰਤੀ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੇ ਆ, ਇਹ ਵੀ ਵੱਡੇ ਮੁੱਦੇ ਮੰਨਦੇ ਹੋ? ਇਹ ਵੀ ਵੱਡੇ ਮੁੱਦੇ ਆ। ਜੇ ਥੋੜ੍ਹਾ ਨਸ਼ਿਆਂ ਵੱਲੋਂ ਬੰਦੇ ਦਾ ਧਿਆਨ ਘਟੇਗਾ, ਹੋ ਸਕਦਾ ਵੀ ਕੋਈ ਬੰਦਾ ਕੰਮਕਾਰ 'ਚ ਜ਼ਿਆਦਾ ਅੱਗੇ ਆ ਸਕਦਾ। ਅੱਛਾ, ਜਿਹੜੀ ਵੀ ਰਾਜਨੀਤਿਕ ਪਾਰਟੀ ਦੇ ਆਗੂ ਨੂੰ ਤੁਸੀਂ ਵੋਟ ਦਿਓਗੇ, ਉਹਨਾਂ ਅੱਗੇ ਸਾਰੇ ਮੁੱਦੇ ਰੱਖੋਗੇ? ਮੁੱਦੇ ਤਾਂ ਜੀ ਆਈ ਵਾਰੀ ਰੱਖਦੇ ਹੀ ਆ। ਖੈਰ, ਜੋ ਐਤਕੀ ਕੈਪਟਨ ਨੇ ਵੀ ਵਾਅਦੇ ਕੀਤੇ ਸੀਗੇ ਵੀ ਘਰ ਘਰ ਨੌਕਰੀ ਦੇਵਾਂਗੇ, ਨਸ਼ੇ ਨੂੰ ਖਤਮ ਕਰਾਂਗੇ। ਮਤਲਬ ਦੋ ਮੁੱਦੇ ਵੀ ਹੋ ਜਾਣ, ਵੀ ਨਸ਼ਾ ਵੀ ਖਤਮ ਹੋ ਜਾਵੇ ਅਤੇ ਘਰ ਘਰ ਨੌਕਰੀ ਵੀ ਮਿਲ ਜਾਵੇ। ਮਤਲਬ ਇਹੀ ਬਹੁਤ ਆ ਸਾਡੇ ਵਾਸਤੇ ਤਾਂ। ਅੱਛਾ, ਇਸ ਦੇ ਨਾਲ ਹੀ ਰਾਜਨੀਤਿਕ ਪਾਰਟੀਆਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਤਰਾਸ਼ੀਆਂ ਵੀ ਕਰਦੀਆਂ ਜਾ ਰਹੀਆਂ ਨੇ, ਪਰ ਉਹਨਾਂ ਇਲਜ਼ਾਮ ਤਰਾਸ਼ੀਆਂ ਤੋਂ ਬਾਅਦ ਜੇਕਰ ਲੋਕ ਮੁੱਦਿਆਂ ਦੀ ਗੱਲ ਕਰੀਏ ਤਾਂ ਤੁਹਾਨੂੰ ਨਹੀਂ ਲੱਗ ਰਿਹਾ ਕਿ ਲੋਕ ਮੁੱਦੇ ਕਿਤੇ ਨਾ ਕਿਤੇ ਪਿੱਛੇ ਹੁੰਦੇ ਜਾ ਰਹੇ ਨੇ ਅਤੇ ਰਾਜਨੀਤਿਕ ਪਾਰਟੀਆਂ ਦੀ ਜਿਹੜੀ ਰਾਜਨੀਤਿਕ ਪਾਰਟੀਆਂ ਦੀ ਇਲਜ਼ਾਮ ਤਰਾਸ਼ੀਆਂ ਅੱਗੇ ਆ ਰਹੀ? ਇਲਜ਼ਾਮ ਤਾਂ ਦੇਖੋ ਜੀ ਇੱਕ ਦੂਜੇ ਪਾਰਟੀ 'ਤੇ ਲਾਉਣੀ ਆ, ਕੋਈ ਵੀ ਆ। ਜੇ ਕਾਂਗਰਸ ਆ ਅਕਾਲੀਆਂ 'ਤੇ ਲਾ ਰਹੀ ਆ, ਅਕਾਲੀ ਕਾਂਗਰਸੀਆਂ 'ਤੇ ਲਾ ਰਹੇ ਆ, ਆਪ ਵਾਲੇ ਵੀ ਸਾਰਿਆਂ ਕੁਛ ਕਰ ਰਹੇ ਆ। ਬਾਕੀ ਦੇਖੋ ਆ ਰਹੀਆਂ ਵੋਟਾਂ ਕੀ ਕਰ ਰਹੇ ਆ, ਇਹ ਅਸੀਂ ਅੱਗੇ ਵਾਸਤੇ ਸੋਚਾਂਗੇ। ਅਸੀਂ ਤਾਂ ਇਹ ਕਹਿੰਦੇ ਵੀ ਨੌਜਵਾਨੀ ਨੂੰ ਜੇ ਬਚਾਇਆ ਜਾਵੇ ਸਾਰੇ ਮਸਲੇ ਹੱਲ ਹੋ ਸਕਦੇ ਆ। ਜੇ ਨੌਜਵਾਨੀ ਬਚ ਜੇ ਨਸ਼ੇ ਤੋਂ ਸਾਰੇ ਮਸਲੇ ਆਪਣੇ ਆਪ ਹੀ ਹੱਲ ਹੋ ਜਾਣਗੇ। ਜੀ ਬਹੁਤ ਬਹੁਤ ਧੰਨਵਾਦ। ਲੋਕਾਂ ਦੇ ਨਾਲ ਗੱਲਬਾਤ ਕੀਤੀ, ਉਹਨਾਂ ਦਾ ਵੀ ਇਹੋ ਕਹਿਣਾ ਕਿ ਕਿਤੇ ਨਾ ਕਿਤੇ ਜਿੱਥੇ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਹੈ। ਨੌਜਵਾਨੀ ਨੂੰ ਬਚਾਉਣਾ, ਪੰਜਾਬ ਦੀ ਆਵਾਮ ਦੇ ਸਾਰੇ ਮਸਲੇ ਹੱਲ ਕਰਨਾ, ਇਹ ਪਹਿਲ ਦੇ ਆਧਾਰ ਦੇ ਉੱਤੇ ਹੋਣਾ ਚਾਹੀਦਾ। ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ। ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਕਿਹੜੇ ਕਿਹੜੇ ਮੁੱਦਿਆਂ ਦੇ ਉੱਤੇ ਗੱਲ ਹੋਣੀ ਚਾਹੀਦੀ ਸੀ, ਪਰ ਜਿਹੜੇ ਰਾਜਨੀਤਿਕ ਆਗੂ ਹੈ ਉਹ ਉਹਨਾਂ ਮੁੱਦਿਆਂ ਨੂੰ ਪਿੱਛੇ ਛੱਡਦੇ ਜਾ ਰਹੇ ਨੇ। ਇੱਥੇ ਸਾਡੇ ਨਾਲ ਕੁਝ ਲੋਕ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਅਮਰਜੀਤ ਸਿੰਘ। ਅੱਛਾ ਅਮਰਜੀਤ ਜੀ, ਲੋਕ ਸਭਾ ਚੋਣਾਂ ਸਿਰ 'ਤੇ ਨੇ ਅਤੇ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਲੋਕ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਸੀ, ਪਰ ਉਲਟਾ ਇਲਜ਼ਾਮ ਤਰਾਸ਼ੀਆਂ ਹੋ ਰਹੀਆਂ ਨੇ ਪਾਰਟੀਆਂ ਦੀ ਇੱਕ ਦੂਜੇ ਦੇ ਵਿੱਚ, ਲੋਕ ਮੁੱਦੇ ਗਾਇਬ ਨੇ, ਕਿਹੜੇ ਕਿਹੜੇ ਮੁੱਦੇ ਗਾਇਬ ਹੋਦੇ ਜਾ ਰਹੇ ਨੇ? ਇਹ ਪਾਰਟੀਆਂ ਆਪੋਜਿਟ ਨੇ, ਇਹਨਾਂ ਦਾ ਪਤਾ ਕੀ ਆ, ਇਹ ਇੱਕ ਦੂਜੇ ਨੂੰ ਸਹੂਲਤਾਂ ਦੇ ਕਹੀ ਜਾਂਦੇ ਆ ਪਰ ਵਾਅਦੇ ਪੂਰੇ ਨਹੀਂ ਕਰਦੇ, ਵਾਅਦੇ ਪੂਰੇ ਨਹੀਂ ਕਰਦੇ। ਬਾਕੀ ਇਹ ਆ ਵੀ ਨਸ਼ਿਆਂ, ਪਹਿਲੀ ਮੇਨ ਕੰਮ ਤਾਂ ਨਸ਼ਿਆਂ ਦਾ ਸੀਗਾ, ਨਸ਼ਿਆਂ ਤੋਂ ਇਹਨਾਂ ਨੇ ਕੈਪਟਨ ਸਾਹਿਬ ਨੇ ਕੀਤਾ ਸੀਗਾ ਵੀ ਅਸੀਂ ਨਸ਼ਾ ਮੁਕਤ ਕਰਾਂਗੇ, ਪਰ ਉਹਨਾਂ ਨੇ ਇੱਕ ਹਫ਼ਤੇ 'ਚ ਮੁਕਤ ਕੀਤੇ, ਕਹਿੰਦੇ ਕਰਾਂਗੇ, ਪਰ ਹੁਣ ਦੇਖੋ ਕਿੰਨਾ ਚਿਰ, ਕਿੰਨਾ ਟਾਈਮ ਹੋ ਗਿਆ, 2 ਸਾਲ ਹੋ ਗਿਆ, ਪਰ ਕੋਈ ਕੈਪਟਨ ਸਾਹਿਬ ਤਾਂ ਕਹਿ ਰਹੇ ਆ ਕਿ ਨਸ਼ਾ ਮੁਕਤ ਹੋ ਗਿਆ ਪੰਜਾਬ। ਨਹੀਂ, ਨਸ਼ਾ ਮੁਕਤ ਕਿੱਥੋਂ ਹੋ ਗਿਆ, ਲੋਕ ਪਿੰਡਾਂ ਦੇ ਵਿੱਚ ਇੱਕ ਫਿਰਦੇ ਲੁੱਟਦੇ ਆ, ਉਹ ਨਸ਼ਾ ਕਰਨ ਵਾਲੀ ਹੈ। ਅੱਛਾ, ਹੋਰ ਕਿਹੜੇ ਕਿਹੜੇ ਮੁੱਦੇ ਤੁਹਾਨੂੰ ਲੱਗਦਾ ਹੈ ਕਿ ਚੋਣਾਂ ਦੌਰਾਨ ਵਾਅਦੇ ਤਾਂ ਕਰ ਦਿੱਤੇ ਜਾਂਦੇ ਨੇ ਪਰ ਉਹ ਹੱਲ ਨਹੀਂ ਹੋਏ? ਲੋਕਾਂ ਨੂੰ ਕਹਿੰਦਾ ਜੀ ਕਰਜ਼ਾ ਮਾਫ਼ੀ ਕਰਾਂਗੇ, ਕੋਈ ਕਰਜ਼ਾ ਮਾਫ਼ ਨਹੀਂ ਹੋਇਆ, ਅਤੇ ਹੁਣ ਕਹਿੰਦੇ ਨੇ ਵੀ 5-5 ਲੱਖ ਤੱਕ ਅਸੀਂ ਦੇਵਾਂਗੇ ਟਰੈਕਟਰ ਵਾਸਤੇ ਜਾਂ ਕੋਈ ਲੋਨ ਦੇਵਾਂਗੇ, ਪਰ ਉਹ ਪਹਿਲੇ ਵਾਅਦੇ ਤਾਂ ਪੂਰੇ ਨਹੀਂ ਕੀਤੇ।
ਜੀ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਪਵਨਦੀਪ ਸਿੰਘ ਜੀ। ਅੱਛਾ ਪਵਨਦੀਪ, ਕੀ ਲੱਗ ਰਿਹਾ ਕਿ ਕਿਹੜੇ ਕਿਹੜੇ ਮੁੱਦੇ ਪੰਜਾਬ ਦੇ ਅਜੇ ਵੀ ਅਣਸੁਲਝੇ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਸੀ ਪਰ ਹੋ ਨਹੀਂ ਰਹੀ? ਸਾਰੇ ਹੀ ਮੁੱਦੇ ਦੇਖੋ, ਜਿੱਦਾਂ ਨਸ਼ਿਆਂ ਦਾ ਸੀਗਾ ਜੀ, ਕਰਜ਼ਾ ਮੁਆਫ਼ੀ ਦਾ, ਜਿੰਨੇ ਵੀ ਮੁੱਦੇ ਸੀਗੇ ਜੇ ਉਹ ਹਰੇਕ ਵਾਰ ਚੋਣਾਂ 'ਚ ਹੁੰਦੇ ਨੇ ਉਹੀ ਮੁੱਦੇ ਐਤਕੀ ਨੇ, ਪਰ ਕੋਈ ਪੂਰਾ ਹੁੰਦਾ ਨਹੀਂ। ਹਰ ਜਿੱਦਾਂ ਇਲੈਕਸ਼ਨ ਹੁੰਦੀ ਆ ਅਤੇ ਵਾਅਦੇ ਕਰਦੇ ਨੇ, ਉਹਨਾਂ ਦੇ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਹੁੰਦਾ। ਅਤੇ ਵੈਸੇ ਤਾਂ ਹੁਣ ਨੌਜਵਾਨ ਤੰਗ ਆ ਕੇ ਸਾਰੇ ਇਹ ਮੁੱਦਿਆਂ ਤੋਂ, ਅਤੇ ਵੋਟਾਂ 'ਚ ਰੁਝਾਨ ਵੀ ਨੌਜਵਾਨੀ ਦਾ ਘੱਟਦਾ ਜਾਂਦਾ ਅਤੇ ਬਾਹਰ ਨੂੰ ਜਾ ਰਹੇ ਨੇ ਸਾਰੇ ਹੀ। ਇੱਧਰ ਤਾਂ ਕੋਈ ਉਹਨਾਂ ਦਾ ਇੰਟਰਸਟ ਹੀ ਨਹੀਂ, ਪੈਦਾ ਹੁੰਦੇ ਨੇ ਅਤੇ ਬੱਚੇ ਨੇ ਛੋਟੇ ਨੇ, ਉਹ ਵੀ ਬਸ ਉਹਦੇ ਲਈ ਪੜ੍ਹਾਉਂਦੇ ਨੇ ਵੀ ਇਹਨੂੰ ਬਾਹਰ ਸੈਟਲ ਕਰ ਸਕੀ। ਤੁਹਾਨੂੰ ਕੀ ਲੱਗ ਰਿਹਾ ਕਿ ਕਿਉਂ ਇਹਨਾਂ ਮੁੱਦਿਆਂ ਦੇ ਹੱਲ ਨਹੀਂ ਹੋ ਰਹੇ? ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਕਿਉਂ ਇਹਨਾਂ ਮੁੱਦਿਆਂ ਨੂੰ ਹੱਲ ਨਹੀਂ ਕਰਨਾ ਚਾਹੁੰਦੀ ਸਰਕਾਰ? ਦੇਖੋ ਵੀ ਸਾਰਾ ਮਾਮਲਾ ਹੀ ਇਹ ਗੋਲ ਆ, ਅਤੇ ਮੁੱਦਿਆਂ ਲਈ ਤਾਂ ਚੋਣ ਲੜੀ ਹੀ ਨਹੀਂ ਜਾਂਦੀ ਕੋਈ, ਸਿਰਫ ਏ ਟੂ ਜੈੱਡ ਕਰਪਟ ਹੀ ਲੱਗ ਰਹੇ ਨੇ। ਜਿੱਦਾਂ ਤੀਜੀ ਪਾਰਟੀ ਵੀ ਆਈ ਉਹਦੇ ਵਿੱਚੋਂ ਵੀ ਸਾਰੇ ਕਰਪਟ ਹੀ ਹੈ ਨਾ। ਅਤੇ ਇਹ ਮੁੱਦੇ ਤਾਂ ਹੀ ਹੱਲ ਹੋ ਸਕਦੇ ਨੇ ਅਤੇ ਯੂਥ ਨੂੰ ਮੂਹਰੇ ਆਉਣਾ ਪੈਣਾ। ਅਤੇ ਜਿੱਦਾਂ ਪਿਛਲੀ ਵਾਰ ਆਇਆ ਸੀ ਤਾਂ ਇੱਕ ਵਾਰੀ ਹਾਰ ਮੰਨ ਕੇ ਤਾਂ ਬਹਿਣਾ ਨਹੀਂ ਚਾਹੀਦਾ, ਦੁਬਾਰਾ ਫੇਰ ਆਉਣਾ ਚਾਹੀਦਾ। ਅੱਛਾ, ਕਿਹੜੇ ਕਿਹੜੇ ਮੁੱਦੇ ਪੰਜਾਬ ਦੇ ਅਜੇ ਵੀ ਅਣਸੁਲਝੇ ਨੇ? ਪਹਿਲਾ ਮੁੱਦਾ ਹੈ ਨਸ਼ੇ ਦਾ ਜੀ, ਅਤੇ ਦੂਜਾ ਹੈਗਾ ਕਿਸਾਨੀ ਦਾ, ਅਤੇ ਨੌਜਵਾਨ ਪੀੜ੍ਹੀ ਬੇਰੁਜ਼ਗਾਰੀ, ਅਤੇ ਕੋਈ ਜਿੱਦਾਂ ਫਿਊਚਰ ਲਈ ਕੁਛ ਵੀ ਹਨੇਰਾ ਅੱਗੇ ਨੌਜਵਾਨੀ ਲਈ। ਪਰ ਕੈਪਟਨ ਸਾਹਿਬ ਕਹਿ ਰਹੇ ਨੇ ਕਿ ਕਿਸਾਨੀ ਦਾ ਮੁੱਦਾ ਹੱਲ ਕਰ ਦਿੱਤਾ ਹੈ, ਕਿ ਕਰਜ਼ਾ ਮੁਆਫ਼ੀ ਦੇ ਨਾਲ ਨੌਜਵਾਨਾਂ ਨੂੰ ਘਰ ਘਰ ਨੌਕਰੀ ਦਿੱਤੀ ਹੈ, ਅਤੇ ਨਸ਼ੇ ਦਾ ਮੁੱਦਾ ਵੀ ਜਿਹੜਾ ਉਹ ਪੰਜਾਬ ਦੇ ਵਿੱਚ ਜੜੋਂ ਸਫਾਇਆ ਕਰ ਦਿੱਤਾ ਹੈ? ਦੇਖੋ ਉਹਨਾਂ ਦਾ ਮੁੱਦਾ ਉਹਨਾਂ ਦੇ ਕਹਿਣ ਨਾਲ ਹੀ, ਜਿੱਦਾਂ ਕਰਜ਼ਾ ਮਾਫ਼ ਹੋ ਗਿਆ ਉਹ ਕਹਿ ਦਿੰਦੇ ਨੇ ਤਾਂ ਹੋ ਜਾਂਦਾ, ਅਸਲ ਵਿੱਚ ਹੁੰਦਾ ਨਹੀਂ, ਉਹਨਾਂ ਦੇ ਕਹਿਣ ਨਾਲ ਸਭ ਕੁਝ ਹੋ ਜਾਂਦਾ। ਅੱਛਾ, ਜਦੋਂ ਤੁਸੀਂ ਵੋਟ ਦੇਣ ਜਾਓਗੇ ਤਾਂ ਇਹਨਾਂ ਮੁੱਦਿਆਂ ਨੂੰ ਉਹਨਾਂ ਰਾਜਨੀਤਿਕ ਆਗੂਆਂ ਦੇ ਸਾਹਮਣੇ ਰੱਖੋਗੇ? ਹਾਂਜੀ, ਜੋ ਵੋਟ ਮੰਗਣ ਆਉਂਦਾ ਅਸੀਂ ਉਹਦੇ ਮੂਹਰੇ ਵੀ ਰੱਖਦੇ ਹਾਂ, ਇਹ ਉਹਨੂੰ ਵੀ ਦੱਸਦੇ ਹਾਂ, ਅਤੇ ਜਦੋਂ ਅਸੀਂ ਵੋਟ ਪਾਉਣ ਜਾਂਦੇ ਹਾਂ ਉੱਥੇ ਵੀ। ਅਤੇ ਹਾਂ, ਯੂਥ ਨੂੰ ਇਹ ਆ ਵੀ ਡਰਨਾ ਨਹੀਂ ਚਾਹੀਦਾ, ਦਬਾਅ ਹੇਠਾਂ ਨਹੀਂ ਆਉਣਾ ਚਾਹੀਦਾ ਹੈ ਨਾ। ਲੀਡਰਾਂ ਦੇ ਕੀ ਆ ਵੀ ਲੋਕ ਡਰ ਜਾਂਦੇ ਨੇ, ਆਪਦੀ ਵੋਟ ਪਾਉਂਦੇ ਨੇ ਤਾਂ ਨਹੀਂ ਪਾਉਂਦੇ ਚਲੋ ਕਰਪਟ ਨੂੰ, ਪਰ ਲੋਕੇ ਪਾਉਂਦੇ ਨੇ ਹੈ ਨਾ, ਜਿਹਨੂੰ ਵੀ ਪਾਉਣੀ ਆ ਸ਼ਰੇਆਮ ਪਾਉਣੀ ਚਾਹੀਦੀ ਆ ਵੋਟ। ਕੀ ਨਾਮ ਹੈ ਜੀ? ਪ੍ਰਦੀਪ ਸਿੰਘ ਜੀ। ਅੱਛਾ ਪ੍ਰਦੀਪ ਜੀ, ਪੰਜਾਬ ਦੇ ਵਿੱਚ ਕਿਹੜੇ ਕਿਹੜੇ ਮੁੱਦੇ ਨੇ ਜਿਹੜੇ ਸਿਆਸੀ ਪਾਰਟੀਆਂ ਦੇ ਵੱਲੋਂ ਅਜੇ ਵੀ ਹੱਲ ਨਹੀਂ ਕੀਤੇ ਗਏ? ਸਭ ਤੋਂ ਪਹਿਲਾਂ ਤਾਂ ਮੇਨ ਮੁੱਦਾ ਜਿਹੜਾ ਜੀ ਨਸ਼ੇ ਦਾ ਆ। ਨਸ਼ੇ ਦਾ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਨਵੀਂ ਗੌਰਮੈਂਟ ਨੇ ਵੀ 15 ਸਾਲਾਂ ਬਾਅਦ ਸਰਕਾਰ ਬਣੀ ਹੈ ਜੀ, ਅਜੇ ਤਾਂ ਕੋਈ ਉਹਦੇ ਸਾਨੂੰ ਤਾਂ ਕੋਈ ਸਾਰਥਕ ਹੱਲ ਨਹੀਂ ਦਿਸਿਆ ਜੀ। ਅੱਛਾ, ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਮੁੱਦੇ ਸਮਝਦੇ ਹੋ ਕਿ ਅਜੇ ਤੱਕ ਹੱਲ ਨਹੀਂ ਹੋਏ? ਹੋਰ ਸਰ, ਮੇਨ ਤਾਂ ਇਹੀ ਸੀਗਾ ਜੀ ਮੁੱਦਾ ਜਿਹੜਾ ਇਹਨਾਂ ਨੇ ਮੇਨ ਸਭ ਤੋਂ ਜ਼ਿਆਦਾ ਚੁੱਕਿਆ ਸੀ। ਗੁਟਕਾ ਸਾਹਿਬ ਦੇ ਹੱਥ ਰੱਖ ਕੇ ਵੀ ਇਹਨਾਂ ਨੇ ਸਹੁੰ ਖਾ ਕੇ ਇਹੀ ਕਿਹਾ ਸੀਗਾ ਵੀ ਅਸੀਂ ਸਭ ਤੋਂ ਪਹਿਲਾਂ ਮਸਲਾ ਇਹੀ ਹੱਲ ਕਰਾਂਗੇ, ਮੇਨ ਪੰਜਾਬ ਦਾ ਜਿਹੜਾ ਮਸਲਾ ਹੈ ਜੀ। ਕੈਪਟਨ ਸਾਹਿਬ ਤਾਂ ਕਹਿ ਰਹੇ ਕਿ ਨਸ਼ੇ ਨੂੰ ਠੱਲ ਪਾ ਦਿੱਤੀ ਉਹਨਾਂ ਨੇ, ਇਹ ਗਰਾਊਂਡ ਤਾਂ ਨਹੀਂ ਨਾ ਕਹਿੰਦੇ, ਅਸਲੀਅਤ ਦੇਖੋ ਨਾ ਜਾ ਕੇ ਪਿੰਡਾਂ 'ਚ। ਰੋਜ਼ ਨੇ ਅਖਬਾਰਾਂ ਦੇ ਵਿੱਚ ਆ ਰਿਹਾ ਵੀ ਅਜੇ ਵੀ ਨਸ਼ਾ ਖਾ ਕੇ ਕੋਈ ਕਿਤੇ ਕਿ ਡੈਥ ਹੋ ਗਈ ਕਿਤੇ ਕੋਈ ਨਹੀਂ। ਅੱਛਾ, ਇਹਨਾਂ ਚੋਣਾਂ ਦੇ ਵਿੱਚ ਕਿਹੜੇ ਕਿਹੜੇ ਮੁੱਦਿਆਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਰੱਖ ਕੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੋਟ ਦਿਓਗੇ? ਸਰ, ਮੇਨ ਜਿਹੜਾ ਪਿੰਡਾਂ ਦੇ ਵਿੱਚ ਜਾ ਕੇ ਦੇਖੋ, ਜਿੱਥੇ ਵੀ ਤੁਸੀਂ ਅਜੇ ਵੀ ਜਾ ਕੇ ਜਿਸ ਆਧਾਰ 'ਤੇ ਜਿੱਤੇ ਸੀ, ਨਸ਼ੇ ਦੀ ਗੱਲ ਨਾਲੇ ਜਿੱਤੇ ਸੀ, ਮੇਨ ਮੁੱਦਾ ਅਜੇ ਵੀ ਉਹੋ ਹੀ ਆ ਜੀ। ਪਬਲਿਕ ਦੇ ਵਿੱਚ ਜਾ ਕੇ, ਪਿੰਡਾਂ ਦੇ ਵਿੱਚ ਜਾ ਕੇ ਦੇਖੋ, ਇਹ ਜ਼ਰੂਰੀ ਨਹੀਂ ਬਾਰਡਰ ਏਰੀਏ 'ਚ ਹੀ ਜਾਣ ਦੀ ਲੋੜ, ਪਿੰਡ ਦੇ ਵਿੱਚ ਹਰ ਜਿੱਥੇ ਬਾਹਰ ਸ਼ਹਿਰ ਹਰ ਗਲੀ ਦੇ ਵਿੱਚ ਜਾ ਕੇ ਦੇਖ ਲਓ ਵੀ ਅੱਜ ਵੀ ਕੀ ਮੁੱਦਾ ਆਇਆ, ਨਸ਼ੇ ਦਾ ਹੀ ਆ ਜੀ ਲੋਕਾਂ 'ਤੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਮੇਰਾ ਨਾਮ ਪਰਜਿੰਦਰ ਸਿੰਘ ਜੀ। ਅੱਛਾ, ਕੀ ਲੱਗ ਰਿਹਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਅਜੇ ਵੀ ਪੰਜਾਬ ਦੇ ਕਿਹੜੇ ਮੁੱਦੇ ਅਣਸੁਲਝੇ ਨੇ? ਸਰ, ਸਭ ਤੋਂ ਵੱਡਾ ਮੁੱਦਾ ਜਿਹੜਾ ਪਿੰਡਾਂ ਦੇ ਵਿੱਚ ਨਾ ਜੀ, ਉਹ ਹੈ ਕਿ ਜਿਹੜੇ ਆਪਣੇ BPL ਪਰਿਵਾਰ ਆ ਜੀ, ਜਿਹੜੇ ਲੋੜਵੰਦ ਪਰਿਵਾਰ ਆ, ਉਹਨਾਂ ਨੂੰ ਦਾਣੇ ਨਹੀਂ ਮਿਲਦੇ ਪਏ ਜੀ, ਅਤੇ ਜਿਹੜੇ ਰੱਜੇ ਪੁੱਜੇ ਘਰ ਵਾ ਉਹਨਾਂ ਦੇ ਘਰ ਭਰਦੇ ਜਾ ਰਹੇ ਆ ਜੀ। ਠੀਕ ਹੈ ਨਾ ਜੀ? ਅਤੇ ਅਸੀਂ ਤਾਂ ਸਭ ਤੋਂ ਪਹਿਲਾਂ ਇਹ ਚਾਹਵਾਂਗੇ ਜਿਹੜੇ ਲੋੜਵੰਦ ਪਰਿਵਾਰ ਆ, ਉਹਨਾਂ ਨੂੰ ਉਹ ਦਾਣੇ ਕਿਉਂ ਨਹੀਂ ਮਿਲ ਰਹੇ, ਉਹ 'ਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ। ਅੱਛਾ, ਹੋਰ ਕੀ ਲੱਗ ਰਿਹਾ ਕਿ ਕਿਹੜੇ ਕਿਹੜੇ ਮੁੱਦਿਆਂ ਦੇ ਉੱਤੇ ਗੱਲ ਹੋਣੀ ਚਾਹੀਦੀ ਸੀ ਪਰ ਰਾਜਨੀਤਿਕ ਪਾਰਟੀਆਂ ਗੱਲ ਨਹੀਂ ਕਰ ਰਹੀਆਂ? ਮੁੱਦੇ ਤਾਂ ਸਰ ਹੁਣ ਬਹੁਤ ਵਾ, ਅਤੇ ਮੇਨ ਤਾਂ ਇੱਕ ਤਾਂ ਨਸ਼ੇ ਦਾ ਹੋ ਗਿਆ ਜੀ। ਤੁਹਾਨੂੰ ਲੱਗ ਰਿਹਾ ਕਿ ਰਾਜਨੀਤਿਕ ਪਾਰਟੀਆਂ ਇਹਨਾਂ ਚੋਣਾਂ ਦੇ ਵਿੱਚ ਮੁੱਦੇ ਉਠਾ ਰਹੀਆਂ ਕਿ ਇੱਕ ਦੂਜੇ ਦੇ ਉੱਤੇ ਇਲਜ਼ਾਮ ਤਰਾਸ਼ੀਆਂ ਲੱਗ ਰਹੀਆਂ ਸਿਰਫ ਤੋਂ ਸਿਰਫ? ਬਸ ਇਲਜ਼ਾਮ ਹੀ ਲਾ ਰਿਹਾ ਜੀ, ਲੱਗ ਤਾਂ ਨਹੀਂ ਰਿਹਾ ਜੀ ਕੁਛ ਵੀ। ਅਤੇ ਅੱਛਾ, ਇੱਕ ਵੋਟਰ ਹੋਣ ਦੇ ਨਾਤੇ ਤੁਸੀਂ ਜਦੋਂ ਵੋਟ ਦੇਣ ਜਾਓਗੇ ਤਾਂ ਦਿਮਾਗ ਦੇ ਵਿੱਚ ਕਿਹੜੇ ਕਿਹੜੇ ਮੁੱਦਿਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਵੋਟ ਦਿਓਗੇ? ਸਰ, ਸਭ ਤੋਂ ਪਹਿਲਾਂ ਤਾਂ ਇਹ ਆ ਕਿ ਜਿਹੜਾ ਭ੍ਰਿਸ਼ਟਾਚਾਰ ਆ ਉਹ ਖਤਮ ਹੋਣਾ ਚਾਹੀਦਾ। ਅਸੀਂ ਬਸ ਮੇਨ ਇਹੀ ਹੈ ਜੀ। ਜੀ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਮਨਿੰਦਰ ਸਿੰਘ ਹੈ ਜੀ। ਅੱਛਾ ਮਨਿੰਦਰ, ਲੋਕ ਸਭਾ ਚੋਣਾਂ ਹੁਣ ਆ ਗਈਆਂ ਨੇ, ਤੁਸੀਂ ਨੌਜਵਾਨ ਹੋ, ਕਿਹੜੇ ਕਿਹੜੇ ਮੁੱਦੇ
ਲੈ ਕੇ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੇ ਸਿਆਸੀ ਆਗੂ ਤੁਹਾਡੇ ਘਰਾਂ ਦੇ ਵਿੱਚ ਵੋਟ ਮੰਗਣ ਦੇ ਲਈ ਆਉਂਗੇ, ਉਹਨਾਂ ਨੂੰ ਕਿਹੜੇ ਮੁੱਦਿਆਂ ਦੇ ਆਧਾਰ ਦੇ ਉੱਤੇ ਕਹੋਗੇ ਕਿ ਇਹ ਮੁੱਦੇ ਹੱਲ ਹੋਣੇ ਚਾਹੀਦੇ ਨੇ? ਸਰ, ਮੇਰਾ ਆਪਣਾ ਪਿੰਡ ਉੱਗੀ ਆ, ਸਾਡੇ ਸਰ ਉੱਗੀ 10th ਤੱਕ ਸਕੂਲ ਆ ਸਰ, ਸਾਡੇ ਘੱਟੋ ਘੱਟ 1970 ਦਾ ਸਕੂਲ ਬਣਿਆ ਹੋਇਆ ਸਰ, ਹਾਲੇ ਤੱਕ ਉੱਥੇ ਪਲੱਸ ਟੂ ਕਲਾਸ ਨਹੀਂ ਹੋਈ। ਸਾਡੇ ਪਿੰਡ ਦੇ ਭੈਣ ਭਰਾ ਨਾਲ ਦੇ ਸਕੂਲਾਂ 'ਚ ਪੜ੍ਹਨ ਜਾਂਦੇ ਆ, ਸਗੋਂ ਸਭ ਤੋਂ ਪਹਿਲਾਂ ਸਕੂਲ ਸਾਡੇ ਪਿੰਡ ਬਣਿਆ। ਸਿਰਫ ਪਿੰਡ ਦੀ ਪੰਚਾਇਤ ਨਿਕੰਮੀ ਹੋਣ ਕਰਕੇ ਸਾਡੇ ਪਿੰਡ ਦਾ ਸਕੂਲ ਪਲੱਸ ਟੂ ਤੱਕ ਨਹੀਂ ਹੋ ਸਕਿਆ। ਸਾਡੇ ਸਰਾਂ ਨੇ ਮੈਡਮਾਂ ਨੇ ਬਹੁਤ ਕੋਸ਼ਿਸ਼ ਕੀਤੀ ਆ, ਪਰ ਪਿੰਡ ਵਾਲਿਆਂ ਨੇ ਸਾਥ ਨਹੀਂ ਦਿੱਤਾ, ਪੰਚਾਇਤ ਨੇ ਨਹੀਂ ਸਾਥ ਦਿੱਤਾ। ਕੈਪਟਨ ਸਾਹਿਬ ਕਹਿ ਰਹੇ ਨੇ ਕਿ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ, ਸਮਾਰਟ ਸਕੂਲ ਬਣਾਉਣ ਦੀ ਗੱਲ ਹੋ ਰਹੀ ਹੈ, ਹੋਰ ਕਿਹੜੇ ਕਿਹੜੇ ਮੁੱਦੇ ਪੰਜਾਬ ਦੇ ਵਿੱਚ ਤੁਹਾਡੇ ਮੁਤਾਬਿਕ ਅਣਸੁਲਝੇ ਨੇ ਜਿਨ੍ਹਾਂ ਦੇ ਉੱਤੇ ਗੱਲ ਹੋਣੀ ਚਾਹੀਦੀ ਸੀ ਪਰ ਕੀਤੀ ਨਹੀਂ ਗਈ? ਸਰ, ਮੇਨ ਮੁੱਦਾ ਮੇਰਾ ਤਾਂ ਇਹ ਆ, ਮੇਰੀ ਤਾਂ ਪਲੱਸ ਟੂ ਦੀ ਕਲਾਸ ਚੱਲ ਰਹੀ ਆ, ਮੈਂ ਵੀ ਆਪਣਾ ਪਿੰਡ ਛੱਡ ਕੇ ਆਪਦਾ ਪਿੰਡ ਛੱਡ ਕੇ ਦੂਜੇ ਪਿੰਡ ਪੜ੍ਹਨ ਜਾਣਾ ਪੈਂਦਾ, ਕਿਉਂਕਿ ਸਾਡਾ ਸਕੂਲ ਹੀ 10th ਤੱਕ ਆ, ਉਹ ਵੀ ਉੱਥੇ ਦੂਜੇ ਸਕੂਲ ਵੀ ਜਾਣਾ ਪੈਂਦਾ ਇਸੇ ਕਰਕੇ ਜੀ। ਜੀ, ਬਹੁਤ ਬਹੁਤ ਧੰਨਵਾਦ। ਬੜੇ ਵਿਚਾਰ ਲੋਕਾਂ ਦੇ ਸਾਹਮਣੇ ਆਏ, ਪਰ ਇਹਨਾਂ ਵਿਚਾਰਾਂ ਦੇ ਵਿੱਚ ਜੇਕਰ ਇੱਕ ਵਿਚਾਰ ਦੇਖਿਆ ਜਾਵੇ ਤਾਂ ਉਹ ਵਿਚਾਰ ਹੈ ਕਿ ਲੋਕ ਮੁੱਦੇ ਗਾਇਬ ਨੇ। ਸੋ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਬਸ ਇੰਨਾ ਹੀ। ਮੈਨੂੰ ਅਮਨਦੀਪ ਸਿੰਘ ਨੁਦੇਓ ਜੀ ਆ ਗਿਆ, ਧੰਨਵਾਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ, ਅਤੇ ਸਾਡੇ ਨਾਲ ਨੌਜਵਾਨ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ ਕਿ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਕੀ ਲੋਕ ਮੁੱਦਿਆਂ ਦੀ ਗੱਲ ਹੋ ਰਹੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਗੁਰਵਿੰਦਰ ਸਿੰਘ ਜੀ। ਅੱਛਾ ਗੁਰਵਿੰਦਰ ਜੀ, ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਤੁਹਾਨੂੰ ਕੀ ਲੱਗ ਰਿਹਾ ਕਿ ਲੋਕ ਮੁੱਦਿਆਂ ਦੀ ਗੱਲ ਹੋ ਰਹੀ ਹੈ? ਬਿਲਕੁਲ ਨਹੀਂ ਹੋ ਰਹੀ ਜੀ ਲੋਕ ਮੁੱਦਿਆਂ ਦੀ। ਲੋਕ ਮੁੱਦਿਆਂ ਦਾ ਬਿਲਕੁਲ, ਸਰਕਾਰ ਭੜਕ ਚੁੱਕੀ ਆ, ਕੋਈ ਬੇਰੁਜ਼ਗਾਰੀ ਬਾਰੇ ਨਹੀਂ ਸੋਚ ਰਹੀ, ਕੋਈ ਭ੍ਰਿਸ਼ਟਾਚਾਰ ਬਾਰੇ ਨਹੀਂ ਸੋਚ ਰਹੀ। ਭ੍ਰਿਸ਼ਟਾਚਾਰ ਬਹੁਤ ਹੱਦ ਤੱਕ ਹਾਵੀ ਹੋ ਚੁੱਕਿਆ, ਲੋਕ ਮੁੱਦੇ ਬਿਲਕੁਲ ਇਹਨਾਂ ਨੇ ਪਿੱਛੇ ਕਰਤੇ ਅਤੇ ਆਪਣੇ ਦੂਜੇ ਮੁੱਦੇ ਮੂਹਰੇ ਕਰ ਲਏ ਵੋਟਾਂ ਦੇ ਲਈ। ਅੱਛਾ, ਤੁਹਾਨੂੰ ਕੀ ਲੱਗ ਰਿਹਾ ਹੈ ਕਿ ਜਿਹੜਾ ਪੰਜਾਬ ਦਾ ਪਿਛਲੇ ਲੰਬੇ ਸਮੇਂ ਤੋਂ ਇੱਕ ਵੱਡਾ ਮਾਹੌਲ ਬਣਿਆ ਹੋਇਆ ਸੀ, ਕਾਫੀ ਮੁੱਦੇ ਵਿਚਾਰੇ ਜਾਣੇ ਚਾਹੀਦੇ ਸਨ, ਕੀ ਲੱਗ ਰਿਹਾ ਕਿ ਸਾਰੇ ਮੁੱਦੇ ਵਿਚਾਰੇ ਜਾ ਰਹੇ ਨੇ? ਨਹੀਂ, ਬਿਲਕੁਲ ਨਹੀਂ ਮੁੱਦੇ ਵਿਚਾਰੇ ਜਾ ਰਹੇ ਜੀ, ਕੋਈ ਕਰਜ਼ਾ ਮਾਫ਼ੀ ਨਹੀਂ, ਜਿਹੜੀ ਨੂੰ ਜਿਹੜੇ ਵਾਅਦਿਆਂ ਨਾਲ ਸਰਕਾਰ 'ਚ ਆਏ ਸੀ ਕੈਪਟਨ ਸਾਹਿਬ, ਕੋਈ ਉਹਨਾਂ ਨੇ ਵਾਅਦਾ ਨਹੀਂ ਪੂਰਾ ਕਰਿਆ, ਕੋਈ ਕਰਜ਼ਾ ਮਾਫ਼ੀ ਨਹੀਂ ਹੋਈ, ਕੋਈ ਸਮਾਰਟਫੋਨ ਨਹੀਂ ਮਿਲੇ, ਕੋਈ ਰੁਜ਼ਗਾਰ ਨਹੀਂ ਨੌਜਵਾਨਾਂ ਲਈ ਪੈਦਾ ਕਰ ਸਕੇ, ਸਿਰਫ ਇੱਕ ਸ਼ੋਸ਼ਾ ਜਿਹੜਾ ਕਰਜ਼ਾ ਮਾਫ਼ੀ ਵਾਲਾ, ਸਿਰਫ ਇੱਕ ਜੁਮਲਾ, ਕਿਸੇ ਦਾ 10,000 ਮਾਫ਼ ਹੋ ਰਿਹਾ, ਕਿਸੇ ਦਾ 15 ਹੋ ਰਿਹਾ, ਖੁਦ ਮੇਰੇ ਪਿੰਡ 'ਚ ਸਰਮਾਏਦਾਰਾਂ ਦੇ ਕਰਜ਼ੇ ਮਾਫ਼ ਹੋ ਗਏ, ਗਰੀਬ ਕਿਸਾਨ ਬਿਲਕੁਲ ਪਿੱਛੇ ਰਹਿ ਗਏ। ਪਰ ਕੈਪਟਨ ਸਾਹਿਬ ਤਾਂ ਕਹਿ ਰਹੇ ਕਿ ਉਹਨਾਂ ਨੇ ਕਰਜ਼ਾ ਮਾਫ਼ੀ ਮੁਹਿੰਮ ਚਲਾਈ ਹੈ ਅਤੇ ਵੱਡੀ ਰਾਹਤ ਵੀ ਕਿਸਾਨਾਂ ਨੂੰ ਦਿੱਤੀ ਹੈ? ਮੇਰਾ ਵੀਰੇ ਸਨੌਰ ਹਲਕੇ 'ਚ ਪਿੰਡ ਆ, ਉੱਥੇ ਖੁਦ ਆ ਕੇ ਸਾਡੀ ਸਟੈਟੀ 'ਚ ਆ ਕੇ ਦੇਖ ਲੈਣ, ਸਿਰਫ ਜਿਹੜੇ ਨਜ਼ਦੀਕੀ ਲੋਕ ਆ ਉਹਨਾਂ ਦਾ ਕਰਜ਼ਾ ਮਾਫ਼ ਹੋਇਆ, ਕਿਸੇ ਕਿਸਾਨ ਦਾ ਕਰਜ਼ਾ ਮਾਫ਼ ਨਹੀਂ ਹੋਇਆ। ਅੱਛਾ, ਕਿਹੜੇ ਕਿਹੜੇ ਮੁੱਦੇ ਅਜੇ ਵੀ ਇਹਨਾਂ ਲੋਕ ਸਭਾ ਚੋਣਾਂ ਦੇ ਸਮੇਂ ਅਣਸੁਲਝੇ ਨੇ? ਪੰਜਾਬ ਦੇ ਸਵਾਮੀਨਾਥਨ ਰਿਪੋਰਟ, ਕੈਪਟਨ ਸਾਹਿਬ ਨੇ ਵੀ ਕਿਹਾ ਸੀ, ਮੋਦੀ ਸਾਹਿਬ ਨੇ ਕਿਹਾ ਸੀ ਵੀ ਸਰਕਾਰ ਬਣਨ ਤੋਂ ਬਾਅਦ ਸਵਾਮੀਨਾਥਨ ਰਿਪੋਰਟ ਲਾਗੂ ਕਰਾਂਗੇ। ਇਹਨਾਂ ਨੇ ਕੋਈ ਉਸ ਵੱਲ ਧਿਆਨ ਨਹੀਂ ਦਿੱਤਾ, ਸਿਰਫ ਇੱਕ ਵਾਰੀ 200 ਰੁਪਈਆ ਰੇਟ ਵਧਾ ਕੇ, ਉਹ ਵੀ ਕੁਛ ਉਹਦੇ ਨਾਲ ਬਣਨੀ ਲੱਗਿਆ, ਡੀਜ਼ਲ 70 ਰੁਪਈਏ ਲੀਟਰ ਹੋ ਗਿਆ, ਜਿਹੜਾ ਕੰਮ ਪਹਿਲਾਂ 10,000 ਦਾ ਡੀਜ਼ਲ ਫੂਕੇ ਹੁੰਦਾ ਸੀ, ਅੱਜ 50,000 ਜਾਂ ਪਹੁੰਚ ਗਿਆ, 5 ਗੁਣਾ ਡੀਜ਼ਲ ਦੇ ਰੇਟ ਵੱਧ ਗਏ, ਪਰ ਫਸਲ ਦਾ ਕੋਈ ਰੇਟ ਨਹੀਂ ਵਧਿਆ, ਦਿਹਾੜੀ ਵੱਧ ਗਈ ਮਜ਼ਦੂਰ ਦੀ, ਪਰ ਫਸਲ ਦਾ ਕੋਈ ਰੇਟ ਨਹੀਂ ਵਧਿਆ। ਰਾਜਨੀਤਿਕ ਆਗੂ ਜਦੋਂ ਤੁਹਾਡੇ ਦਰ ਦੇ ਉੱਤੇ ਵੋਟ ਮੰਗਣ ਲਈ ਆਉਣਗੇ, ਇਹ ਮੁੱਦੇ ਰੱਖੋਗੇ? ਹਾਂ ਬਿਲਕੁਲ ਰੱਖਾਂਗੇ ਜੀ, ਜਦੋਂ ਸਾਡੇ ਪਿੰਡ 'ਚ ਕਦੇ ਵੀ ਕੋਈ ਵੀ ਪਾਰਟੀ ਦਾ ਆਵੇਗਾ, ਅਸੀਂ ਉਹਦੇ ਮੂਹਰੇ ਬਿਲਕੁਲ ਆਹੀ ਮੁੱਦੇ ਰੱਖਾਂਗੇ। ਅੱਛਾ, ਕਿਹੜੇ ਕਿਹੜੇ ਮੁੱਦਿਆਂ ਦੇ ਆਧਾਰ ਦੇ ਉੱਤੇ ਤੁਸੀਂ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਆਪਣੇ ਵੋਟ ਦਾ ਇਸਤੇਮਾਲ ਕਰੋਗੇ? ਅਸੀਂ ਤਾਂ ਵਿਕਾਸ ਦੇ ਆਧਾਰ 'ਤੇ, ਡਿਵਲਪਮੈਂਟ ਦੇ ਆਧਾਰ 'ਤੇ ਵੋਟ ਕਰਾਂਗੇ, ਜਿਹੜਾ ਬੰਦਾ ਕਰੂਗਾ, ਜਿਵੇਂ ਹੁਣ ਬੈਂਸ ਆ ਸਿਮਰਜੀਤ ਸਿੰਘ ਬੈਂਸ, ਉਹਦੀ ਬਹੁਤ ਵਧੀਆ ਸੋਚ ਆ, ਭ੍ਰਿਸ਼ਟਾਚਾਰ ਨੂੰ ਨੱਥ ਪਾ ਰਿਹਾ, ਅਸੀਂ ਇਹਨਾਂ ਮੰਗਾਂ ਨੂੰ ਆਪਣੇ ਦਿਮਾਗ 'ਚ ਲੈ ਕੇ ਫਿਰ ਵੋਟ ਕਰਾਂਗੇ। ਕੀ ਨਾਮ ਹੈ ਜੀ? ਸੰਦੀਪ ਸਿੰਘ ਆ ਜੀ। ਅੱਛਾ ਸੰਦੀਪ, ਤੁਸੀਂ ਨੌਜਵਾਨ ਹੋ, ਕੀ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਸਿਰ 'ਤੇ ਨੇ, ਕਿਹੜੇ ਕਿਹੜੇ ਮੁੱਦੇ ਅਜੇ ਵੀ ਅਣਸੁਲਝੇ ਨੇ? ਮੁੱਦਾ ਤਾਂ ਕੋਈ ਸੁਲਝਿਆ ਹੀ ਨਹੀਂ ਹੈਗਾ ਜੀ, ਹੁਣ ਕਿਹੜਾ ਅਣਸੁਲਝਿਆ ਕਹਿ ਦਈਏ ਅਤੇ ਕਿਹੜਾ ਸੁਲਝਿਆ ਕਹਿ ਦਈਏ, ਬਹੁਰੇ ਔਖਾ ਹੀ ਹੈ ਜੀ। ਹੁਣ ਆਮ ਬੰਦੇ ਦਾ ਕੋਈ ਉਹ ਨਹੀਂ ਹੈਗਾ, ਗਰੀਬ ਬੰਦੇ ਨੂੰ ਤਾਂ ਬੰਦਾ ਸਮਝਦੇ ਨਹੀਂ ਹੈਗੇ ਉਰੇ, ਜਿਹੜੇ ਕੋਲ ਪੈਸਾ ਹੈ, ਹਾਂ ਮੈਂ ਉਹਨੂੰ ਜਾਣਦਾ, ਮੰਤਰੀ ਨੂੰ ਜਾਣਦਾ, ਫਲਾਣੇ ਨੂੰ ਜਾਣਦਾ ਹੈ, ਉਹ ਬੰਦਾ ਹੈ ਕਹਿੰਦੇ ਵੀ ਹਾਂ ਮੈਂ ਐਂ ਕਰ ਦੂੰਗਾ, ਫਲਾਣਾ ਕਰ ਦੂੰਗਾ, ਜਿਹੜਾ ਕਹਿੰਦਾ ਵੀ ਮੈਂ ਕਿਸੇ ਨੂੰ ਜਾਣਦੇ ਨਹੀਂ, ਆਹ ਤੂੰ ਬੰਦਾ ਕਾਹਦਾ ਹੈ। ਅੱਛਾ, ਚੋਣਾਂ ਦੌਰਾਨ ਕੀ ਲੱਗ ਰਿਹਾ ਕਿ ਕਿਹੜੇ ਕਿਹੜੇ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਹੈ ਅਤੇ ਸਰਕਾਰਾਂ ਕਰ ਨਹੀਂ ਰਹੀਆਂ? ਬਸ ਆਹ ਤਾਂ ਸਾਨੂੰ ਹੁਣ ਤੁਹਾਨੂੰ ਪਤਾ ਹੀ ਆ, ਉਹਦੇ ਕੋਈ ਕਾਨੂੰਨ ਨਹੀਂ ਹੈਗਾ, ਆਮ ਬੰਦੇ ਦੇ ਹੱਕ ਦੇ ਵਿੱਚ, ਅਮੀਰ ਬੰਦਿਆਂ ਦੇ ਹੱਕ ਦੇ ਵਿੱਚ ਸਾਰੇ ਕਾਨੂੰਨ ਹੈ, ਬਸ ਜੀ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਮੇਰਾ ਨਾਮ ਵਰੁਣ ਹੈ ਜੀ। ਅੱਛਾ ਵਰੁਣ, ਕੀ ਲੱਗ ਰਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਕਿਹੜੇ ਕਿਹੜੇ ਮੁੱਦੇ ਪੰਜਾਬ ਦੇ ਅਜੇ ਵੀ ਅਣਸੁਲਝੇ ਨੇ? ਸਰ, ਪੰਜਾਬ 'ਚ ਬਹੁਤ ਮੁੱਦੇ ਆ ਜੋ ਕਿ ਅਣਸੁਲਝੇ
ਉਲਟਾ ਕਹਿੰਦੇ ਸੀ ਕਿ ਗਰੀਬੀ ਹਟੂਗੀ, ਇਹਦੇ ਨਾਲ ਹੋਰ ਵੱਧ ਗਈ ਆ, ਕੰਮ ਸਾਰੇ ਠੱਪ ਹੋ ਗਏ ਆ, ਰਜਿਸਟਰੀਆਂ ਨਹੀਂ ਹੋਣਦੀਆਂ, ਗਰੀਬ ਬੰਦਾ ਗਰੀਬ ਹੋਈ ਜਾਂਦਾ, ਅਮੀਰ ਬੰਦਾ ਅਮੀਰ ਹੋਈ ਜਾਂਦਾ, ਇਹ ਸਿਰਫ ਸਰਕਾਰਾਂ ਹੀ ਕਰਵਾਉਂਦੀਆਂ ਨੇ। ਅਤੇ ਮੈਂ ਕਹਿੰਦਾ ਜੋ ਵੀ ਬੰਦਾ ਹੈ, ਜਿਹੜੀ ਸਰਕਾਰ ਸਹੀ ਆ ਉਹਨੂੰ ਚੁਣੋ, ਜਿਹੜਾ ਵਾਅਦੇ ਕਰਦਾ ਉਹਨੂੰ ਪੂਰੇ ਕਰਨੇ ਚਾਹੀਦੇ ਆ, ਅਤੇ ਜਿਹੜਾ ਨਹੀਂ ਵਾਅਦੇ ਪੂਰੇ ਕਰਦਾ ਉਹਨੂੰ ਵੋਟ ਪਾਉਣ ਦਾ ਸਾਨੂੰ ਕੋਈ ਹੱਕ ਨਹੀਂ ਆ। ਅੱਛਾ, ਤੁਹਾਡੇ ਦਰ ਦੇ ਉੱਤੇ ਜੇ ਕੋਈ ਲੋਕ ਨੁਮਾਇੰਦਾ ਵੋਟ ਦੇ ਲਈ ਆਉਂਦਾ ਹੈ, ਕੀ ਇਹ ਸਾਰੇ ਜਿਹੜੇ ਵਾਅਦਿਆਂ ਦੀ ਗੱਲਾਂ ਤੁਸੀਂ ਕਰੀਆਂ ਉਹਨਾਂ ਦੇ ਅੱਗੇ ਰੱਖੋਗੇ? ਜੀ, ਮੈਂ ਸਾਰੀਆਂ ਗੱਲਾਂ ਉਹਨਾਂ ਦੇ ਅੱਗੇ ਰੱਖੂੰਗਾ। ਮੈਂ ਇੱਕ ਨਾਗਰਿਕ ਹਾਂ, ਜੋ ਵੀ ਸਾਨੂੰ ਸਾਰਿਆਂ ਨੂੰ ਚਾਹੀਦਾ ਵਾ, ਜੋ ਵਾਅਦੇ ਪ੍ਰੋਮਿਸਿਸ ਕਰਕੇ ਜਾਂਦੇ ਆ ਉਹਨਾਂ ਨੂੰ ਪੂਰੇ ਕਰਨੇ ਚਾਹੀਦੇ ਆ, ਅਤੇ ਉਹਨਾਂ ਨੂੰ ਅੱਗੇ ਵੱਧ ਚੜ੍ਹ ਕੇ ਹਿੱਸਾ ਹੋਰ ਲੈਣਾ ਚਾਹੀਦਾ, ਜੋ ਕਿ ਕੰਮ ਹੋਣ ਵਾਲੇ ਆ ਉਹਨਾਂ ਨੂੰ ਪੂਰੇ ਕਰਨੇ ਚਾਹੀਦੇ ਆ, ਉਹ ਫੰਡ ਲੈ ਲੈਂਦੇ ਆ, ਕੰਮ ਕੋਈ ਨਹੀਂ ਕਰਦੇ। ਅੱਛਾ, ਤੁਹਾਡੇ ਮੁਤਾਬਕ ਕਿਹੜੇ ਕਿਹੜੇ ਮੁੱਦੇ ਅਜੇ ਵੀ ਅਣਸੁਲਝੇ ਨੇ? ਜੀ, ਬੜੇ ਮੁੱਦੇ ਆ ਜੀ, ਜਿੱਦਾਂ ਸਰਕਾਰ ਨੇ ਕਿਹਾ ਸੀ ਕਿ ਨੌਕਰੀਆਂ ਦਿੱਤੀਆਂ ਜਾਣਗੀਆਂ, ਇਹ ਜਿਹੜੇ ਚੰਗੇ ਭਲੇ ਘਰਾਂ ਦੇ ਮੁੰਡੇ ਜੋ ਪੜ੍ਹੇ ਲਿਖੇ ਆ, ਵੈੱਲ ਐਜੂਕੇਟਡ ਆ, ਅੱਜ ਵੀ ਉਹ ਕੋਈ ਟੈਂਪੂ ਚਲਾ ਰਿਹਾ, ਕੋਈ ਕਿਤੇ ਧੱਕੇ ਖਾ ਰਿਹਾ, ਇਹ ਦੇਖ ਕੇ ਬੜਾ ਮਨ 'ਚ ਆਉਂਦਾ। ਜਦੋਂ ਆਪਾਂ ਬਾਹਰ ਇੱਥੋਂ ਦੇ ਜਿਹੜੇ ਹੈਗੇ ਸਟੂਡੈਂਟ, ਉਹ ਬਾਹਰ ਜਾ ਰਹੇ ਆਪਣਾ ਫਿਊਚਰ ਸਿਕਿਓਰ ਕਰਨ ਵਾਸਤੇ, ਜੋ ਕਿ ਇੱਥੇ ਹੋ ਸਕਦਾ ਵਾ ਜੇ ਸਰਕਾਰਾਂ ਚਾਹੁਣ ਤਾਂ। ਪਰ ਪੰਜਾਬ ਸਰਕਾਰ ਤਾਂ ਕਹਿ ਰਹੀ ਹੈ ਕਿ ਘਰ ਘਰ ਨੌਕਰੀ ਵੰਡੀ ਜਾ ਰਹੀ ਹੈ। ਕੋਈ ਨਹੀਂ ਵੰਡੀ ਜਾ ਰਹੀ ਜੀ, ਮੈਨੂੰ ਕੋਈ ਮੁੰਡਾ ਦਿਖਾ ਦਿਓ ਜਿਹਨੂੰ ਨੌਕਰੀ ਮਿਲੀ ਹੈ, ਕਿਸੇ ਨੂੰ ਨਹੀਂ ਮੇਰੀ ਨੌਕਰੀ, ਇਹ ਗੱਲਾਂ ਹੀ ਆ ਜੀ, ਕਿਸੇ ਨੂੰ ਆਪਣਾ ਬੰਦਾ ਲੈ ਕੇ ਖਿਲਾਰ ਕੇ ਅੱਗੇ ਖੜਾ ਕਰ ਦਿੰਦੇ ਆ, ਬਾਕੀ ਨੌਕਰੀ ਕਿਸੇ ਨੂੰ ਨਹੀਂ ਮਿਲ ਰਹੀ ਜੀ। ਬਹੁਤ ਬਹੁਤ ਧੰਨਵਾਦ। ਇੱਥੇ ਲੋਕਾਂ ਦੇ ਨਾਲ ਗੱਲਬਾਤ ਕੀਤੀ, ਸਾਰਿਆਂ ਦੇ ਇਹੋ ਵਿਚਾਰ ਹੈ ਕਿ ਪੰਜਾਬ ਦੇ ਜਿਹੜੇ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਸੀ ਉਹ ਅਜੇ ਵੀ ਅਣਸੁਲਝੇ ਨੇ। ਇੱਥੇ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।